ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ਨ ਬਾਬਾ ਕੁੰਮਾ ਮਸਕੀ ਜੀ ਐਸਾ ਸਥਾਨ ਦੇ ਉੱਪਰ ਮਾਤਾ ਗੁਜਰੀ ਜੀ ਅਤੇ ਨਾਲ ਉਹਨਾਂ ਦੇ ਛੋਟੇ ਸਹਬਜ਼ਾਦੇ ਆਏ ਸਨ ਇਹ ਗੁਰਦੁਆਰਾ ਸਾਹਿਬ ਰੋਪੜ ਤੋਂ ਆਨੰਦਪੁਰ ਜਾਣ ਸਮੇਂ ਇੱਕ ਛੋਟਾ ਸ਼ਹਿਰ ਆਉਂਦਾ ਹੈ ਘਨੌਲੀ ਉੱਥੋਂ ਹੀ ਸਿਰਫ 8 ਕਿਲੋਮੀਟਰ ਦੂਰੀ ਉੱਪਰ ਪੱਛਮ ਵੱਲ ਸਥਿਤ ਹੈ ਇਹ ਗੁਰਦੁਆਰਾ ਸਾਹਿਬ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਉੱਪਰ ਸਥਿਤ ਹੈ ਬਹੁਤ ਹੀ ਘੱਟ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਹਨ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇੱਥੋਂ ਦੇ ਬਾਬਾ ਜੀ ਪਾਸੋਂ ਸਰਵਣ ਕਰਦੇ ਹਾਂ ਕਿਰਪਾ ਕਰਕੇ ਵੀਡੀਓ ਨੂੰ ਪੂਰੀ ਜ਼ਰੂਰ ਦੇਖੋ ਤੇ ਆਪਣਾ ਜੀਵਨ ਸਫਲ ਕਰੋ ਸ੍ਰੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦਾਰਾ ਸਾਹਿਬ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਬਜ਼ਾਦੇ ਯਾਦਗਾਰ ਸ਼ਾਨ ਬਾਬਾ ਕੁੰਮਾ ਮਸ਼ਕੀ ਜੀ ਮਾਈ ਲక్ష్ਮੀ ਜੀ ਦੇ ਪਵਨ ਸਥਾਨਾਂ ਤੇ ਜੇ ਇਹ ਸਥਾਨ ਦੇ ਇਤਿਹਾਸ ਦੀ ਗੱਲ ਆਪਾਂ ਕਰੀਏ ਜਦੋਂ ਤਨਤਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਅਨੰਤਪੁਰ ਸਾਹਿਬ ਛੱਡਣ ਤੋਂ ਬਾਅਦ ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੜਾ ਹੋਇਆ ਗੁਰੂ ਸਾਹਿਬ ਜੀ ਦਾ ਪਰਿਵਾਰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਛੋਟੇ ਸਹਬਜ਼ਾਦੇ ਤੇ ਦਾਦੀ ਮਾ ਇਸ ਸਥਾਨ ਤੇ ਪਹੁੰਚੇ ਸਰਸਾ ਨਦੀ ਦੇ ਕੰਢੇ-ਕੰਢੇ ਦੀ ਹੋ ਕੇ ਗੁਰੂ ਸਾਹਿਬ ਜੀ ਅਤੇ ਚਾਲੀ ਸਿੰਘ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਪੱਠਾ ਸਾਹਿਬ ਤੋਂ ਹੁੰਦੇ ਹੋਏ ਮੂਰ ਮਾਜਰਾ ਬ੍ਰਹਮਣ ਮਾਜਰਾ ਤੋਂ ਹੁੰਦੇ ਹੋਏ ਚਮਕੌਰ ਦੀ ਗੜੀ ਦੇ ਵਿੱਚ ਪਹੁੰਚ ਜਾਂਦੇ ਨੇ ਗੁਰੂ ਪਰਿਵਾਰ ਦਾ ਤੀਸਰਾ ਹਿੱਸਾ ਮਾਤਾ ਸਾਹਿਬਕੌਰ ਮਾਤਾ ਸੁੰਦਰਕੌਰ ਦੋ ਖਾਲਸੇ ਢੀਆ ਮਤਾਮਾ ਭਾਈ ਮਨੀ ਸਿੰਘ ਜੀ ਸ਼ਹੀਦ ਦੋ ਉਹਨਾਂ ਦੇ ਨਾਲ ਗੋਲੀਆਂ ਬੀਬੀ ਬੀਬੋ ਤੇ ਬੀਬੀ ਭਾਗੋ ਤੇ ਦੋ ਨਾਲ ਦਿੱਲੀ ਦੇ ਰਹਿਣ ਵਾਲੇ ਸਿੰਘ ਜੋ ਕਿ ਭਾਈ ਜਵਾਰ ਸਿੰਘ ਤੇ ਭਾਈ ਧੰਨਾ ਸਿੰਘ ਇਹ ਸੱਤ ਮੈਂਬਰਾਂ ਨੇ ਸੱਤ ਪੋ ਦੀ ਰਾਤ ਪਰਿਵਾਰ ਵਿਛੋੜਾ ਹੋਣ ਤੋਂ ਬਾਅਦ ਰੋਪੜ ਸ਼ਹਿਰ ਦੇ ਵਿੱਚ ਕੱਟੀ ਦਾਦੀ ਮਾਂ ਤੇ ਛੋਟੇ ਸਾਹਿਬਜ਼ਾ ਦੇ ਇਸ ਅਸਥਾਨ ਤੇ ਪਹੁੰਚਦੇ ਨੇ ਅੱਗੇ ਸੱਤ ਲੋ ਦਰਿਆ ਵਗਦਾ ਹੈ ਇੱਕ ਪਾਸੇ ਸਰਸਾ ਨਦੀ ਵਗਦੀ ਆ ਤੇ ਪਿਛਲੇ ਪਾਸੇ ਮੁਗਲਾਂ ਦਾ ਹੜ ਆਇਆ ਹੋਇਆ ਹੈ ਪਿੱਛਾ ਕਰ ਰਹੇ ਨੇ ਸੋ 7 ਪੋ ਦੀ ਰਾਤ ਇਸ ਅਸਥਾਨ ਤੇ ਬਾਬਾ ਕੁੰਮਾ ਮਾਸ਼ਕੀ ਜੀ ਦੀ ਸ਼ਾਨਸੀ ਜੋ ਕੇ 베ੜੀ ਦਾ ਮਲਾ ਸੀ ਸੋ ਉਸ ਦੇ ਕੋਲ ਉਹਨਾਂ ਨੇ ਇਸ ਅਸਥਾਨ ਤੇ ਰਾਤ ਕੱਟੀ ਤੇ ਬਾਬਾ ਕੁੰਮਾ ਮਾਸ਼ਕੀ ਜੀ ਨੇ ਨੇੜੇ ਪਿੰਡ ਵਿੱਚ ਵਸਦੀ ਮਾਈ ਲక్ష్ਮੀ ਜੀ ਦੇ ਕੋਲੋਂ ਪ੍ਰਸ਼ਾਦਾ ਲੰਗਰ ਤਿਆਰ ਕਰਵਾ ਕੇ ਲਿਆਏ ਤੇ ਦੂਸਰੇ ਦਿਨ ਮਾਤਾ ਆ ਪਾਈ ਤੇ ਉਹਨਾਂ ਨੇ ਇਸ ਸਥਾਨ ਤੇ ਜੋ ਸੇਵਾ ਕਮਾਈ ਜਿਸ ਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਸੋ ਦੂਸਰੇ ਦਿਨ ਇਸੇ ਸਥਾਨ ਤੇ ਗੰਗੂ ਬ੍ਰਾਹਮਣ ਬਾਬਾ ਕੁੰਮਾ ਮਾਸ਼ਕੀ ਜੀ ਨੂੰ ਮਿਲਿਆ ਜਿਸ ਨੂੰ ਕਿ ਉਹ ਆਪਣੀ ਛੰਨ ਦੇ ਵਿੱਚ ਲੈ ਕੇ ਆਇਆ ਦਾਦੀ ਮਾਂ ਤੇ ਛੋਟੇ ਸਹਬਜਦਿਆਂ ਨੂੰ ਬਾਬਾ ਕੁੰਮਾ ਮਾਸ਼ਕੀ ਜੀ ਅਤੇ ਗੰਗੂ ਬ੍ਰਾਹਮਣ ਮਾਈ ਲక్ష్ਮੀ ਜੀ ਅੱਠ ਪੋ ਦੀ ਸਵੇਰ ਇੱਕ ਖੱਤਰ ਸਮੇਤ 베ੜੀ ਦੇ ਵਿੱਚ ਬਹਿ ਕੇ ਸਤਲੂਜ ਦਰਿਆ ਦੇ ਕੰਡੇ ਕੰਡੇ ਅਗਲੇ ਪੜਾਵਲ ਚਾਲੇ ਪਾਏ ਉਹਨਾਂ ਨੇ 8 ਕੋ ਨੂੰ ਤੇ ਅਗਲਾ ਸਥਾਨ ਆਉਂਦਾ ਹੈ ਪਿੰਡ ਚੱਕ ਢੇਰਾ ਜਿੱਥੇ ਉਹ ਪਿਲਕਣ ਦਾ ਦਰਖਤ ਅੱਜ ਵੀ ਮੌਜੂਦ ਹੈ ਜਿਸ ਦੇ ਨਾਲ ਬਾਬਾ ਕੁੰਮਾ ਮਾਸ਼ਕੀ ਜੀ ਆਪਣੀ ਬੀੜੀ ਬੰਨਿਆ ਕਰਦੇ ਸੀ ਸੋ ਪਿਲਕਣ ਦੇ ਸਥਾਨ ਤੇ ਪਹੁੰਚਦੇ ਨੇ ਉੱਥੇ ਤੱਕ ਮਾਈ ਲక్ష్ਮੀ ਜੀ ਅਤੇ ਬਾਬਾ ਕੁੰਮਾ ਮਾਸ਼ਕੀ ਜੀ ਨਾਲ ਜਾਂਦੇ ਨੇ ਉੱਥੇ ਕੁਝ ਸਮਾਂ ਠਹਿਰਨ ਤੋਂ ਬਾਅਦ ਦਾਦੀ ਮਾਤਾ ਤੇ ਸਹਿਬਜ਼ਾਦੇ ਕੰਗੂ ਬ੍ਰਾਹਮਣ ਦੇ ਨਾਲ ਅਗਲੇ ਪੜਾਵਲ ਚਲੇ ਜਾਂਦੇ ਨੇ ਸੋ 사ਸੰਗ ਜੀ ਇਸ ਸਥਾਨ ਤੇ 6 7 8 ਪੋ ਨੂੰ ਤਿੰਨ ਦਿਨਾਂ ਸਲਾਨਾ ਸ਼ਹੀਦ ਦੀ ਸਵਾ ਦਾਦੀ ਮਾਤੇ ਸਾਹਿਬ ਜਾਦੇ ਸ਼ਹੀਦਾਂ ਦੇ ਯਾਦ ਦੇ ਵਿੱਚ ਮਨਾਈ ਜਾਂਦੀ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚਲਦੇ ਹੋਏ ਇਹਨਾਂ ਸਥਾਨਾਂ ਦੇ ਦਰਸ਼ਨ ਜਿੱਥੇ ਆਪ ਕਰੀਏ ਉੱਥੇ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਆਪਣੇ ਬੱਚਿਆਂ ਨੂੰ ਇਹਨਾਂ ਯਾਦਗਾਰਾਂ ਦੇ ਦਰਸ਼ਨ ਕਰਾਈਏ ਤਾਂ ਕਿ ਸਾਡੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵਿਰਸੇ ਦਾ ਪਤਾ ਲੱਗ ਸਕੇ ਕਿ ਕਿਵੇਂ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕੀਤੇ ਸੋ ਇਸ ਸਥਾਨ ਤੇ ਪਹੁੰਚ ਕਰਕੇ ਜੋ ਲੜੀਵਾਰ ਸਭਾ ਚੱਲਦੀਆਂ ਨੇ ਆਪ ਜੀ ਆਪਣੇ ਪਰਿਵਾਰਾਂ ਸਮੇਤ ਦਰਸ਼ਨ ਕਰੋ ਆਪ ਵੀ ਕਰੋ ਤੇ ਆਪਣੇ